ਮੋਹਾਲੀ ਪੁਲਿਸ ਦੀ CIA ਵੱਲੋਂ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ, ਜਿਹਦੇ ਵਿੱਚ 3 ਲੋਕਾਂ ਨੂੰ ਕਾਬੂ ਕੀਤਾ ਗਿਆ। ਹਰਵਿੰਦਰ, ਮਨਵਿੰਦਰ ਤੇ ਕਮਲਪ੍ਰੀਤ, ਇਹ ਤਿੰਨਾਂ ਨੂੰ ਕਾਬੂ ਕੀਤਾ ਗਿਆ। ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ, ਔਰ ਇਹਨਾਂ ਦੇ ਕੋਲੋਂ ਜਿਹੜਾ ਇਲੀਗਲ ਪਿਸਟਲ ਹੈ ਉਹ ਵੀ ਰਿਕਵਰ ਕੀਤਾ ਗਿਆ। ਇੱਕ ਸਵਿਫਟ ਡਿਜ਼ਾਇਰ ਜਿਹੜੀ ਗੱਡੀ ਹੈ, ਵਿਦਆਊਟ ਜਿਹੜੀ ਨੰਬਰ ਪਲੇਟ, ਜਾਲੀ ਨੰਬਰ ਪਲੇਟ ਜਿਹੜੀ ਹੈ ਉਹ ਵੀ ਰਿਕਵਰ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 32 ਬੋਰ ਦੀ ਪਿਸਟਲ, 3 ਕਾਰਤੂਸ, ਇੱਕ ਡੰਮੀ ਰਿਵਾਲਵਰ ਵੀ ਇਹਨਾਂ ਤੋਂ। ਪਿਛਲੇ ਦਿਨਾਂ ਮੋਹਾਲੀ ਦੇ ਵਿੱਚ ਜਿੱਦਾਂ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ, ਔਰ ਉਸ ਤੋਂ ਬਾਅਦ ਉੱਥੋਂ ਫਰਾਰ। ਇਹ ਤਿੰਨੋਂ ਫਤਿਹਗੜ੍ਹ ਸਾਹਿਬ ਦੇ ਦੱਸੇ ਜਾ ਰਹੇ ਨੇ, ਜਿਹੜੀ SSP ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਤੇ ਹੁਣ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਕਿ ਕਿਸ ਤਰ੍ਹਾਂ ਇਹ ਲੁੱਟਖੋਹ ਕਰਕੇ ਲੇਟ ਨਾਈਟ ਜਾਂ ਅਰਲੀ ਨਾਈਟ ਇਹ ਉੱਥੋਂ ਫਰਾਰ ਹੋ ਜਾਂਦੇ ਸੀ। ਹਾਲਾਂਕਿ ਇਹਨਾਂ ਕੋਲੋਂ ਗੱਡੀਆਂ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ, CIA ਦੇ ਜਿਹੜੀ ਟੀਮ ਹੈ ਉਹਨਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ। ਸਰ, ਇਹ ਜਿਹੜਾ SSP ਸਾਹਿਬ ਨੇ ਵੀ ਦੱਸਿਆ ਹੈ ਕਿ ਇਹ ਜਿਹੜੇ ਤਿੰਨੋਂ ਹੈ ਇਹ ਸਪੈਸ਼ਲੀ ਫਤਿਹਗੜ੍ਹ ਸਾਹਿਬ ਤੋਂ ਆਉਂਦੇ ਸੀਗੇ ਇੱਥੇ ਵਾਰਦਾਤ ਨੂੰ ਅੰਜਾਮ ਦੇਣ। ਨਹੀਂ, ਇਹਨਾਂ ਨੇ ਐਕਚੁਅਲੀ ਕੀ ਹੈ, ਇਹਨਾਂ ਨੇ ਮੋਹਾਲੀ ਫੇਸ 5 ਦੇ ਵਿੱਚ ਕਰੀਬ 1.5-2 ਮਹੀਨੇ ਤੋਂ ਇੱਕ ਜਿਹੜਾ ਰੂਮ ਰੈਂਟ ਤੇ ਲਿਆ ਸੀ ਇਹਨਾਂ ਨੇ, ਰੂਮ ਰੈਂਟ ਤੇ ਲਿਆ ਸੀ, ਉੱਥੇ ਰਹਿੰਦੇ ਸੀ ਜੀ ਇਹ, ਕਿਰਾਏ ਦਾ ਕਮਰਾ ਲੈ ਕੇ। ਠੀਕ ਹੈ, ਕਿਰਾਏ ਦਾ ਕਮਰਾ ਲੈ ਕੇ ਫਿਰ ਇਹ ਮਤਲਬ ਉਸ ਕਮਰੇ ਵਿੱਚੋਂ ਨਿਕਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਠੀਕ ਹੈ, ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ, ਕਿੰਨੇ ਦਿਨਾਂ ਤੋਂ ਇਹ ਚੱਲ ਰਿਹਾ ਸੀਗਾ ਇਹਨਾਂ ਦਾ ਪੂਰੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ? ਇਹ ਇਹਨਾਂ ਦਾ ਜੀ ਤਕਰੀਬਨ ਇਹ ਮਾਰਚ ਮਹੀਨੇ ਤੋਂ। ਠੀਕ ਹੈ, ਹਾਂਜੀ, ਇਹ ਮਾਰਚ 20 ਤੋਂ ਮਤਲਬ ਐਕਟਿਵ ਹੈਗੇ ਜੀ ਇਹ। ਠੀਕ ਹੈ, ਉਸ ਤੋਂ ਪਹਿਲਾਂ ਵੀ ਇਹ ਜਿਹੜਾ ਹੈਗਾ ਇਹਨਾਂ ਦੇ ਵਿੱਚ ਜਿਹੜਾ ਮੇਨ ਦੋਸ਼ੀ ਹਰਵਿੰਦਰ ਸਿੰਘ ਹੈਗਾ ਆ, ਇਹ ਮਤਲਬ ਜੇਲ੍ਹ ਦੇ ਵਿੱਚ ਰਹਿ ਕੇ ਆਇਆ। ਠੀਕ ਹੈ, ਤੇ ਇਹ ਲਗਭਗ ਇਹਨੂੰ 5 ਦੀ ਸਜ਼ਾ ਹੋਈ ਹੈ। ਠੀਕ ਹੈ, ਮਾਨਯੋਗ ਅਦਾਲਤ ਵੱਲੋਂ ਉਹਦੇ ਵਿੱਚ ਜਨਵਰੀ ਮਹੀਨੇ ਹੀ ਜੇਲ੍ਹ ਚੋਂ ਬਾਹਰ ਆਇਆ ਜੀ। ਠੀਕ ਹੈ, ਹਰਵਿੰਦਰ ਜੀ, ਇਹ ਟਾਰਗੇਟ ਕਿਸ ਨੂੰ ਕਰਦੇ ਸੀਗੇ? ਟੈਕਸੀ ਡਰਾਈਵਰ ਨੂੰ ਟਾਰਗੇਟ ਕਰਦੇ ਸੀਗੇ ਜਾਂ ਜਿਹੜਾ ਇਕੱਲਾ ਹੁੰਦਾ ਸੀ ਗੱਡੀਆਂ 'ਚ ਉਹਨਾਂ ਨੂੰ ਟਾਰਗੇਟ ਕਰਦੇ ਸੀ? ਇਹ ਜਿਹੜਾ ਮੇਨ ਹੈਗਾ ਜੀ, ਇਹ ਟੈਕਸੀ ਡਰਾਈਵਰ ਨੂੰ ਟਾਰਗੇਟ ਕਰਦੇ ਸੀ, ਤੇ ਉਹਨਾਂ ਨੂੰ ਇਸ ਤਰ੍ਹਾਂ ਕਰਦੇ ਸੀ ਕਿ ਵੀ ਨਾ ਤਾਂ ਉਹਨਾਂ ਨੂੰ ਆਪਣਾ ਫੋਨ ਨੰਬਰ ਦਿੰਦੇ ਸੀ ਜੀ ਇਹ, ਤੇ ਨਾ ਹੀ ਉਹਨਾਂ ਨੂੰ ਇਹ ਮਤਲਬ ਕਿ ਆਪਣੇ ਫੋਨ ਤੋਂ ਕਾਲ ਕਰਨ ਦਿੰਦੇ ਸੀਗੇ। ਠੀਕ ਹੈ, ਉਹਨਾਂ ਨੂੰ ਇਸ ਤਰੀਕੇ ਨਾਲ ਹਾਇਰ ਕਰ ਲੈਂਦੇ ਸੀ ਇਹ ਵੀ ਅਸੀਂ ਸਾਡੇ ਕੋਲ ਜਿਹੜਾ ਹੈਗਾ ਅਸੀਂ ਇੱਥੇ ਜਾਣਾ ਹੈ, ਤੁਹਾਡੇ ਓਲਾ ਦੇ ਪੈਸੇ ਬਚ ਜਾਣਗੇ, ਓਲਾ ਉਬਰ ਦੇ ਪੈਸੇ। ਠੀਕ ਹੈ, ਜਿਵੇਂ ਉਹਨਾਂ ਨੂੰ ਵੀ ਇਹ ਹੁੰਦਾ ਸੀਗਾ ਵੀ ਅਸੀਂ ਬੁਕਿੰਗ ਤੋਂ ਬਿਨਾਂ ਰਾਈਡ ਲੈਂਦੇ ਸੀ। ਠੀਕ ਹੈ, ਇਹ ਠੀਕ ਹੈ, ਕਿਉਂਕਿ ਜੇ ਬੁਕਿੰਗ ਕਰਨਗੇ ਤਾਂ ਉਹਦੇ 'ਚ ਇਹਨਾਂ ਦਾ ਫੋਨ ਨੰਬਰ ਆਉਣਾ ਸੀ। ਠੀਕ ਹੈ, ਮਤਲਬ ਫੋਨ ਬੜੇ ਸ਼ਾਤਿਰ ਤਰੀਕੇ ਦੇ ਨਾਲ, ਇਹ ਬੜੇ ਸ਼ਾਤਿਰ ਤਰੀਕੇ ਦੇ ਨਾਲ ਮਤਲਬ ਕਿ ਜਿਹੜਾ ਕ੍ਰਾਈਮ ਕਰਦੇ ਸੀ ਉਹਦੇ ਵਿੱਚ ਕੋਈ ਵੀ ਆਪਣਾ ਫੋਨ ਯੂਜ਼ ਨਹੀਂ ਕਰਦੇ ਸੀ। ਠੀਕ ਹੈ, ਕੋਈ ਵੀ ਆਪਣੀ ਆਈਡੈਂਟੀ ਨਹੀਂ ਛੱਡਦੇ ਸੀ। ਆਪਾਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ, ਹਾਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਟ ਦੀ ਮਦਦ ਨਾਲ ਕੀਤਾ ਜੀ ਆਪਾਂ ਨੇ। ਠੀਕ ਹੈ, ਤੇ ਇੰਸਟਾ ID ਤੇ ਮਤਲਬ ਜ਼ਿਆਦਾ ਇਹਨਾਂ ਨੇ ਆਪਣੀ ਇੰਸਟਾ ID ਬਣਾਈਆਂ ਹੋਈਆਂ, ਉਹਦੇ ਤੇ ਇੱਕ ਦੂਸਰੇ ਨਾਲ ਸੰਪਰਕ ਕਰਦੇ ਸੀਗੇ। ਹੋਰ ਵੀ ਇਹਨਾਂ ਦੇ ਕੋਈ ਮੈਂਬਰ ਨਾਲ ਜਾਂ ਫਿਰ ਇਹ ਤਿੰਨੋਂ ਹੀ? ਨਹੀਂ, ਹਾਲੇ ਫਿਲਹਾਲ ਇਹ ਤਿੰਨੋਂ ਮੈਂਬਰ ਸਾਹਮਣੇ ਆਏ ਜੀ। ਠੀਕ ਹੈ, ਹਾਲੇ ਹੋਰ ਕੋਈ ਇਹਨਾਂ ਦਾ ਮੈਂਬਰ ਸਾਹਮਣੇ ਨਹੀਂ? ਠੀਕ ਹੈ, ਬਿਲਕੁਲ। ਜਿੱਦਾਂ ਸਰ ਨੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਹ ਪੂਰੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਇੱਥੋਂ ਫਰਾਰ ਹੋ ਜਾਂਦੇ ਸੀਗੇ, ਲੁੱਟਖੋਹ ਦੀ ਵਾਰਦਾਤਾਂ, ਹਾਲਾਂਕਿ ਇਹਨਾਂ ਕੋਲੋਂ ਡੰਮੀ ਜਿਹੜੀ ਰਿਵਾਲਵਰ ਹੈ ਉਹ ਰਿਕਵਰ ਕੀਤੀ ਗਈ ਹੈ, ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁੱਛਗਿੱਛ ਕਰ ਰਹੀ ਹੈ, ਜਿਹਦੇ ਵਿੱਚ ਟਾਈਮ ਟੂ ਟਾਈਮ, ਹਾਲਾਂਕਿ SSP ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਹਦੇ ਵਿੱਚ ਹੁਣ ਹੋਰ ਵੀ ਕਈ ਖੁਲਾਸੇ ਜਿਹੜੇ ਆ ਉਹ ਸਾਹਮਣੇ ਆ ਰਹੇ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਲੁੱਟਖੋਹ ਕਰਨ ਵਾਲੇ ਹਰਵਿੰਦਰ, ਮਨਪ੍ਰੀਤ ਤੇ ਕਮਲਪ੍ਰੀਤ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਕਈ ਚੀਜ਼ਾਂ ਜਿਹੜੀ ਹੈਗੀ ਰਿਕਵਰ ਕੀਤੀ ਗਈ ਹੈ। ਮੋਹਾਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।